आ गया मेरा पुत्र कॉलेज तो। हाय हाय तो काटे थे यहाँ पर तो गर्मी था नहीं लगी बहुत ही गर्मी लगी पहले मैं पानी लिया मैं तेरे वास्ते ले पानी लिया मेरे पुत्र फिर तो गर्मी लगी हुई है लागू तो पानी पी तू भी आ गई नहीं हाँ जी दादी जी तू वहीं लेट होगी दादी जी बस लेट सी गई है तू बस तो जरूरी होना थी तुर के आ जाती काली होनी है तू दस भांडे पहले मांज नाले नाले अपने उठ के पानी पूरे पी ले पी के भांडे मांज दादी जी कल मेरा टेस्ट है प्लीज मैं पढ़ ला आज टेस्ट नो किधर है नहीं टाइम देसी लगना चुप करके अपना पांडे किंडे मांझ दादी तुझे किसी ने ना ना पढ़ना नहीं है ना पढ़ के की देसी लगना है आ मेरा पुत्र पढ़ूगा ये मेरा पुत्र पढ़ के ना देखी तो सही है तो किसी उच्चे औहदे ते जाऊंगा और हुन किन्ने बजे लगना पुत्र तेरे कॉलेज शाम नु ट्यूशन जाना है अच्छा फिर ट्यूशन किन्ने बजे जाना तेरे कोई गल नहीं आराम कर ले तू पैके आराम कर ले उठ और आपकी किताब तो धरते किधर नहीं उन्हें टीसी लगना दादी जी फोन दी मांगती हूँ मैं पढ़ने लगती हूँ ना ट्यूशन ट्यूशन अभी बंद कर दे तू ਦਾ ਕੰਮ ਕਰਿਆ ਕਰ ਕੌਣ ਕਰੂਗਾ ਫਿਰ ਕਰੇ ਕੰਮ ਦਾਦੀ ਜੀ ਮੈਂ ਵੀ ਪੜ੍ਹਨਾ ਪੜ੍ਹ ਲੂ ਕਿਹਦੇ ਨੂੰ ਤਾਂ ਡੀਸੀ ਲੱਗਣਾ ਹੈਗਾ ਉਹ ਹੈਗੀ ਇੱਕ ਪੜ੍ਹਨ ਨੂੰ ਪੜ੍ਹ ਲੂ ਕੀ ਉਹ ਤੈ ਤਾਂ ਉਹ ਵੀ ਕਰਦੇ ਭਾਂਡੇ ਹੀ ਮਾਂਜਣੇ ਨੇ ਦਾਦੀ ਸਾਨੂੰ ਮੇਰਾ ਵੀ ਟੈਸਟ ਨੂੰ ਟਿਊਸ਼ਨ ਚ ਦਿੱਤੇ ਭਾਗ ਜਾ ਪੁੱਤ ਭਾਗ ਜਾ ਟਿਊਸ਼ਨ ਲਾਇਆ ਦਾਦੀ ਜੀ ਦੇ ਰੰਗ ਤਾਂ ਮੇਰੇ ਦੀ ਦੀ ਆ ਜਾ ਇਹ ਤਾਂ ਕੰਮ ਪਿਆ ਪੁੱਤ ਰੋਟੀ ਪਾਣੀ ਵੀ ਬਣਾਉਣਾ ਨਾ ਨਾ ਕਾਹਨੂੰ ਕੰਮ ਪਿਆ ਪੁੱਤ ਨਾ ਨਾ ਕੰਮ ਪਿਆ ਇਹਦਾ ਤਾਂ ਕੰਮ ਕਰੂਗੀ ਕਿ ਤੋ ਆਪਣਾ ਟਿਊਸ਼ਨ ਪੜਿਆ ਜਾਟਾਂ ਤੱਕ ਉਹਨਾਂ ਦਾ ਦਾਦੀ ਜੱਟ ਤੇਰੀ ਨਾਲ ਤੇ ਮੈਂ ਵੀ ਚਲਾਂ ਤਾਂ ਇਹ ਕਿਸੇ ਕੰਮ ਤੇ ਲੱਗਣਾ ਹੈ ਕਿ ਨਹੀਂ ਇਹ ਤਾਂ ਘਰ ਦੇ ਭਾਂਡੇ ਮਾਂਜਣ ਜੋ ਕੀ ਹੋਇਆ ਤਾਂ ਕਿਸੇ ਕੰਮ ਤੇ ਲੱਗਣਾ ਹੈ ਦੀਦੀ ਆ ਜਾ ਤੁਸੀਂ ਕੀ ਦਾਦੀ ਮੇਰੇ ਟੈਸਟ ਸੀ ਜਿਹੜੇ ਪੇਪਰ ਸੀ ਫਾਈਨਲ ਹੋ ਗਏ ਮੈਂ ਨਾ ਟੌਪ ਕੀਤਾ ਲੈ ਫਿਰ ਕੀਤਾ ਪਹਾੜੋ ਪੱਥਰ ਟੁੱਟਾ ਜੇ ਟੌਪ ਕਰ ਲਿਆ ਟੌਪ ਕਰਕੇ ਕਿਹੜਾ ਤੂੰ ਕਹਾ ਉੱਪਰ ਦੀ ਕੁਰਸੀ ਤੇ ਬਹਿ ਜਾਏਗੀ ਕੀ ਹੋ ਗਿਆ ਬੱਤੇ ਕੀ ਹੋ ਗਿਆ ਮੂੰਹ ਦੇ ਕਾਟੇ ਆ ਗਈ ਹੈ ਪੂਰੇ ਬੈਠ ਲੈ ਕਿ ਮੈਂ ਤਰੇੜੀਆਂ ਆਈਆਂ ਨੇ ਕੀ ਹੋ ਗਿਆ ਤੈਨੂੰ ਫਿਰ ਕੀ ਹੋ ਗਿਆ ਫਿਰ ਹੋ ਗਿਆ ਅਗਲੇ ਸਾਲ ਨੂੰ ਫਿਰ ਪਾਸ ਹੋ ਜਾਏਗੀ फिर पढ़ ली कोई ना मैं ट्यूशन तेरी एक होर रख दूंगी ठीक है बाई नंबर ते ला दूंगी तेनू होर ट्यूशन मैं बथेरे ट्यूशन वाले तू बैठी है ਜੇ ਟੌਪ ਕਰ ਲੈ ਹੁਣ ਮੇਰੇ ਸਿਰ ਤੇ ਕੁਛ ਘਾਟਾ ਮਾਰੇਗੀ ਮੇਰੇ ਸਿਰ ਨੂੰ ਕੋਈ ਕੰਮ ਕਰ ਲੈ ਇੰਨੇ ਕੰਮ ਪਏ ਨੇ ਔੜਦਾ ਹੀ ਨਹੀਂ ਕੁਛ ਸਾਰਾ ਦਿਨ ਮੇਰੇ ਕਿੰਨੀ ਦੇਖੀ ਜਾਂਦੀ ਹੈ ਮੇਰੇ ਗੋਡੇ ਦੁਖਦੇ ਨੇ ਦੱਸ ਮੈਂ ਕੀ ਕਰਾਂ ਉੱਠਿਆ ਜਾਂਦਾ ਨਹੀਂ ਕਾਲਜ ਤੁਰ ਜਾਂਦੀ ਹੈ ਦੱਸ ਵੀ ਤੂੰ ਮੈਂ ਨਹੀਂ ਕਹਿੰਦੀ ਤੂੰ ਉੱਚੇ ਅਹੁਦੇ ਤੇ ਲੱਗ ਜਾਏਗੀ ਕਿਸੇ ਅੱਗੇ ਆ ਜਵਾਕੜੀ ਨੂੰ ਤਾਂ ਪੜ੍ਹਨ ਨਹੀਂ ਦਿੰਦੀ ਹੈਗੀ ਇਹਦੇ ਤੇ ਸਾਰਾ ਦਿਨ ਮੱਚੀ ਜਾਂਦੀ ਹੈ ਵੀ ਇਹਨੂੰ ਪੜ੍ਹਾਉਂਦੇ ਨੇ ਇਹਨੂੰ ਪਿਆਰ ਕਰਦੇ ਨੇ ਇਹਨੂੰ ਆਏ ਕਰਦੇ ਨੇ ਇਹਨੂੰ ਆਏ ਕਰਦੇ ਨੇ ਘੁੰਮਣ ਜਾਣਾ ਕਿੱਥੇ ਕਿੱਥੇ ਫਰੈਂਡਸ ਦੇ ਨਾਲ ਜਾਣਾ ਕੋਈ ਨਾ ਫਿਰ ਬਾਈ ਜਾ ਕੋਈ ਨਾ ਪੈਸੇ ਚਾਹੀਦੇ ਨੇ ਤੈਨੂੰ
चलो फिर ठीक है कि तेरे कोले कोई ना घूमया घूमया अज रास्ते च मिली भेज दे घरे के छेती भग जा करे कोई नी ले लो उधर कोई ना ले लो मैं किट चला ली ਕਾਲਾ ਪਿਆ ਦੱਸ ਤੈਨੂੰ ਕੋਈ ਦੇਖਣ ਆਊਗਾ ਕੀ ਕਹੂਗਾ ਮੈਂ ਤਾਂ ਇਹੀ ਫਿਕਰ ਹੋਇਆ ਪਿਆ ਵੀ ਇਹਨੂੰ ਪਸੰਦ ਕੌਣ ਕਰਕੇ ਜਾਊਗਾ ਕੰਮ ਕੁੰਮ ਦੀ ਕਦਰ ਕਿਸੇ ਨੇ ਨੀ ਪਾਉਣੀ ਅੱਜ ਕੱਲ੍ਹ ਸੋਹਣੀਆਂ ਕੁੜੀਆਂ ਦਾ ਉਹ ਹੈ ਟ੍ਰੈਂਡ ਹੈ ਹਰੇਕ ਬੰਦਾ ਇਹ ਕਹਿੰਦਾ ਸੋਹਣੀ ਨੀ ਬਥੇਰੇ ਦੇਖ ਦੇਖ ਛੱਡ ਜਾਂਦੇ ਨੇ ਮੈਂ ਤਾਂ ਫਿਕਰ ਹੋਇਆ ਪਿਆ ਵੀ ਇਹਨੂੰ ਲਊਗਾ ਕੌਣ ਉਹਨੂੰ ਪੜਕ ਲੈਣੇ ਰਿਸ਼ਤਾ ਹੋ ਜੂ ਐਂ ਨੀ ਪਤਾ ਆਏ ਝੁੰਨੀ ਚੜਾ ਕੇ ਲੈ ਜਾਣ ਤਾਂ ਗੱਟਾ ਦਾਜ ਦਾ ਵੀ ਦੇ ਕੇ ਨੀ ਕਿਸੇ ਨੇ ਲੈ ਕੇ ਜਾਣੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਮੈਂ ਜਿਹੜੀ ਅਸੀਂ ਇਹ ਵੀਡੀਓ ਬਣਾਈ ਹੈ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣ ਵਾਸਤੇ ਨਹੀਂ ਹੈ ਇਹ ਤਾਂ ਸਿਰਫ ਇਹ ਦੱਸਿਆ ਵੀ ਕੁੜੀਆਂ ਦੇ ਵਿੱਚ ਘਰ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਜੇ ਕਿਸੇ ਦਾ ਰੰਗ ਥੋੜ੍ਹਾ ਜਿਹਾ ਵੀ ਸਾਂਭ ਲੈ ਤਾਂ ਘਰ ਦੇ ਉਹਨੂੰ ਐਵੇਂ ਫਰਕ ਕਰਦੇ ਨੇ ਵੈਸੇ ਤਾਂ ਦੇਖੋ ਜੀ ਕੁੜੀਆਂ ਦੇ ਵਿੱਚ ਹੀ ਫਰਕ ਹੋਣਾ ਚਾਹੀਦਾ ਕੁੜੀ ਔਰ ਮੁੰਡੇ 'ਚ ਕੋਈ ਫਰਕ ਨਹੀਂ ਪਰ ਕੁੜੀਆਂ ਕੁੜੀਆਂ ਵਿੱਚ ਵੀ ਔਲਾਦ ਵਿੱਚ ਵੀ ਹਰ ਕੋਈ ਐਵੇਂ ਫਰਕ ਕਰਦਾ ਪਰ ਸਾਡੀ ਹੱਥ ਬੰਨ ਕੇ ਇਹੀ ਬੇਨਤੀ ਹੈ ਪਲੀਜ਼ ਕੁੜੀਆਂ ਨੂੰ ਵੀ ਬਹੁਤ ਜ਼ਿਆਦਾ ਰਿਸਪੈਕਟ ਦਿਓ ਪੜ੍ਹਾਓ ਕੁੜੀਆਂ ਨੂੰ ਵੀ ਆਪਣੇ ਉੱਚੇ ਅਹੁਦਿਆਂ ਤੋਂ ਬਚਾਓ ਕੁੜੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀਆਂ ਇਹ ਜਿਹੜੀ ਅਸੀਂ ਵੀਡੀਓ ਬਣਾਈ ਹੈ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣ ਵਾਸਤੇ ਨਹੀਂ ਹੈਗੀ ਕਿਤੇ ਇਹ ਨਾ ਹੋਵੇ ਜੇ ਕਿਸੇ ਦਾ ਰੰਗ ਸਾਂਭਲਾ ਵੀ ਹੈ ਕਿਤੇ ਅਗਲਾ ਕਹੇ ਵੀ ਸਾਨੂੰ ਪਤਾ ਨਹੀਂ ਸਾਡੇ 'ਤੇ ਇਹ ਕਿਸੇ ਦੇ ਆਧਾਰ 'ਤੇ ਨਹੀਂ ਬਣਾਈ ਗਈ ਇਹ ਤਾਂ ਵੈਸੇ ਡਿਫੈਂਸ ਦੱਸਿਆ ਵੀ ਕਿਸ ਤਰ੍ਹਾਂ ਲੋਕ ਕਰਦੇ ਨੇ ਪਰ ਜਿਹਨੂੰ ਜਿਹਨੂੰ ਵੀ ਇਹ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਔਰ ਸਾਨੂੰ ਸ਼ੇਅਰ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਸਾਡੀ ਇਹ ਮਤਲਬ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ